जी हाँ ते भाइयों, आज की वीडियो है सही दोस्तों NH दबंग 85/2022 मॉडल विद डिस्क ते उन्नी सी डिस्क परफॉर्मेंस तुम्हारी वीडियो है आज तुम्हारे वास्ते। तो अब जल्द असं वो लिखे ने मैं खड़ा हाल पर रहा तो उपर नाल मेरे आ गए सही तो चलते सी तो वो लिखे ने इंशाल्लाह। ते वीडियो अच्छी लगी तो सही लाइक कराया जा, शेयर कराया जा, तो सारे चैनल को सब्सक्राइब कराया जा ताकि तुम्हारे को विलेज लाइफ ते ट्रैक्टर लाइफ वीडियो पहुँच जा रहा। तो हम चलते जलते तक ट्रैक्टर की परफॉर्मेंस दिखे 85 दबंग 85 डिस्क खड़ा मरें अपने हमसाया के पास। मैं क्यों ना दोस्तों गलबात शेयर करूँ कि दबंग की परफॉर्मेंस दिखाऊँ। आप आपकी गली से फिर वक्त बंद करें एसी हो गई बंद, एक उधर खड़े ने उधर घर लो सही इधर जगह आई पक्की जमीन तो मैं घुर लिया। चलो खैर ये तो असर नहीं पाँगा यदा, लेकिन मेन काम यह आप दबंग की परफॉर्मेंस दिखावे डिस्क हैं सी 18 तवियाँ दबंग ट्रैक्टर से 85/2022 मॉडल, लेकिन डिस्क के तवे तो कुछ खत्म थे वन सही मजीद तो आप जल्दी तफसी दिखेने नेड़े चलते तवे सही दरमियान हैं सही एडे खास कोई नहीं बच्चे बदे तो आप 85 दी परफॉर्मेंस दिखेने अस साधु रुपया वन पुछ लो नकल ही क्या देने जी है ज्यादा तो वीडियो बना लो क्या हाल चाल है अल्हम्दुलिल्लाह तू साहब दाल बनाओ जी हाँ जी अस खैर मेरे तब ठीक है बुलाया सही कर लो जरी कर मजदूरी तो कहाँ खाई खा चो इवें गाल है इवें गाल है। अच्छा की में सी मदद लीती खड़े ट्रैक्टर झस्सा कर रहा है। अच्छा नाल दवा दे पंप या पंप करवाए वे नाल दे जबरदस्त गड़ी की मार बड़ी है रात की है चल दी है वाला ये हो मजन अल्हम्दुलिल्लाह मार गिन है जे जे लो चलाने वैसे मारो। चलो मैं पहले टेस्ट कर रहा हूं तो बाद में तुम्हारी वीडियो बनाई देते दबंग मजे करेंदा है तो है ना वीडियो को अगलावा दबंग यार मजे नहीं करेदा यार कहानियां दा तेरी हिम्मत तू बैठा है जेड़े हां हां एडी शोर दे आवाज दे
ਇਹਦੇ ਹੀ ਵੇ ਨਵੀਂ ਤੇ ਨਾਉਂਦੇ ਹਨ ਮੇਰੇ ਕਾਗਜ਼ਾਤ ਦੇ ਵਿੱਚ ਕੁਝ ਲੋਕ ਹਨ ਜਿਨ੍ਹਾਂ ਕੋਲ ਬਿਹਤਰੀਨ ਤੇ ਜ਼ਬਰਦਸਤ ਚੱਲਦਾ ਵੀ ਹੈ ਲੇਕਿਨ ਮੈਂ ਅਗਲਿਆ ਮੈਸੀ ਵੀ ਚਲਾਇਆ 385 ਲੇਕਿਨ ਇਹਦੀ ਮੈਨੂੰ ਦੋਸਤੋ ਸਮਝ ਨਹੀਂ ਆਈ ਗੱਡੀ ਬਹੁਤ ਹੀ ਪਾਵਰਫੁੱਲ ਹੈ ਲੇਕਿਨ ਇਹਦੀ ਨਾ ਵੱਧਦੀ ਵੈਸੇ ਇਹਦੀ ਨਾ ਖੁਚਕੀਏ ਜਿਹੜੀ ਦੇ ਮਾਲ ਲੈ ਕੇ ਨਾ ਸੀ ਉਹ ਲੱਗਦਾ ਕਿ ਕੋਈ ਅੰਦਰ ਦੀ ਮਾਰ ਦਿੰਦੇ ਨੇ ਸਾਨੂੰ ਮੈਨੂੰ ਕੋਈ ਸਮਝ ਨਹੀਂ ਆਈ ਮੈਂ ਇਸ ਤਰ੍ਹਾਂ ਯਾਨੀ ਕਿ ਨਾ ਕੀਤਾ ਚਲਾਵਣ ਦੇ ਹਿਸਾਬ ਅਗਲੇ ਮੈਂ 385 ਵੀ ਚਲਾਏ ਲੇਕਿਨ ਉਹਦੇ ਸਮੇਂ ਦੇ ਚਸ ਕੋਈ ਨਹੀਂ ਵਧੀ ਯਾਰ ਪਤਾ ਨਹੀਂ ਵੈਸੇ ਹੈ ਕੋਈ ਨਾ ਯਾਰ ਮੈਂ ਕੋਈ ਨਹੀਂ ਆਈ ਪਤਾ ਨਹੀਂ ਕੋਈ ਗੱਡੀ ਮਸਲਾ ਪਰ ਗੱਡੀ ਬੜਾ ਮਸਲਾ ਹੈ ਆਵਾਜ਼ ਬੜਾ ਕਰਦਾ ਪਿਛਲਾ ਹਿੱਸਾ ਬੜੀ ਆਵਾਜ਼ ਦਿੰਦਾ ਡਿਸਕ ਹੀ ਪੂਰੀ ਸੂਰ ਲੱਗਦੀ ਵਧੀ ਹੈ ਕੋਈ ਚਸਤ ਡਿਸਕ ਕਿ ਨਹੀਂ ਲੱਗਦੀ ਵਧੀ ਅਸੀਂ ਗੱਡੀ ਦਾ ਹਾਲ ਕੋਈ ਨਹੀਂ ਸੀ ਗੱਡੀ ਫਟ ਹੀ ਵਧਣ ਟਿਕਾ ਤੇ ਖਰਚਾ ਖੁਰਚਾ ਗੱਡੀ ਦਾ ਨਹੀਂ ਕਰੇਂਦੇ ਐਡੀ ਉਵੇਂ ਗੱਡੀ ਦਬੰਗ ਮਾੜੀ ਕੋਈ ਨਹੀਂ ਬਾਕੀ ਦੋਸਤੋ ਪੰਪ ਨਾਲ ਦਾ ਵਧਾ ਮੈਨੂੰ ਸ਼ੱਕ ਹੈ ਮੈਂ ਪੰਪ ਕਰਵਾਏ ਨੇ ਲੇਕਿਨ ਸਿਰਫ ਪੰਪ ਨਾਲ ਦਾ ਹੈ ਬਾਕੀ ਦੋਹਾਂ ਛੂਆਂ ਗੱਡੀ 'ਚ ਕੋਈ ਨਹੀਂ ਬਸ ਉਹਨਾਂ ਜ਼ਰਾ ਇੱਕ ਸਟੇਅਰਿੰਗ ਦਾ ਮਸਲਾ ਆਈ ਪਿਆ ਜਿਹਦੀ ਵਜ੍ਹਾ ਤੋਂ ਮੈਂ ਸਟੇਅਰਿੰਗ ਕੰਟਰੋਲ ਨਹੀਂ ਕੀਤਾ ਪਿਆ ਤਰੀ ਫੇਰ ਹਲਕਾ ਸੀ ਪਤਾ ਕਿ ਕੀ ਪਤਾ ਵਿੱਚ ਇਹ ਨਾ ਪਲੇ ਉਹ ਜ਼ਿਆਦਾ ਹੈ ਸਟੇਅਰਿੰਗ ਵਿੱਚ ਅਤੇ ਉਹਦੇ ਤੋਂ ਬਾਅਦ ਮੈਂ ਆਪਣੇ ਗਾਜ਼ੀ ਦੇ ਲਈ ਪਤਾ ਇਹ ਲਾਵਾ ਕਿਤੇ ਨੂੰ ਮੋੜਾ ਮੋੜ ਲਵਾਂ ਉਹਦੀ ਮੇਰੀ ਕਢਾਈ ਦੇ ਦਿੱਤੀ ਹੈ ਉਹ ਡਿਸਕਨ ਡਿਸਕਨ ਮੈਂ ਕਿਹਾ ਨਿੱਤ ਜਾਂ ਰੋਜ਼ ਚਲੇਦਾ ਬਾਕੀ ਸੀ ਤੁਹਾਨੂੰ ਇਹਦੀ ਪਰਫਾਰਮ ਅੱਛੀ ਲੱਗੀ ਹੋਵੇ ਜੇ ਸਾਡੀ ਵੀਡੀਓ ਅੱਛੀ ਲੱਗੀ ਹੋਵੇ ਤਾਂ ਲਾਈਕ ਕਰੋ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡੇ ਵਾਸਤੇ ਵਿਲੇਜ ਲਾਈਫ ਅਤੇ ਟਰੈਕਟਰ ਲਾਈਫ ਵੀਡੀਓ ਪਹੁੰਚਦੇ ਨਵੇਂ ਸੀ ਟਾਈਮ 'ਤੇ ਡਿਸਕ ਦੱਸੋ ਲੱਗ ਹੀ ਬਹੁਤ ਘੱਟ ਹੈ ਪਿਆ ਲੀਕੇਜ ਵਗੈਰਾ ਹੀ ਬੜੀ ਹੈ ਦੋਸਤੋ ਯਾਨੀ ਕਿ ਨਾ ਲੱਗਦਾ ਇਹਦਾ ਮਤਲਬ ਇਹ ਮਾਲਕ ਸੰਭਾਲ ਨਹੀਂ ਕਰਦੇ ਜਿਹੜੇ ਇਹਨੇ ਸਹੀ ਹੁੰਦਾ ਸਾਰੀ ਚੀਜ਼ ਚੱਲਦੀ ਹੈ ਦੋਸਤੋ ਭਾਈ ਉਹ ਸੰਭਾਲ ਨਾਲ ਜੇ ਸੰਭਾਲ ਨਾ ਹੋਵੇ ਕੋਈ ਸ਼ੈ ਵੀ ਹੈ ਬੰਦਾ ਹੀ ਹੈ ਅਗਰ ਉਡੀਆਂ ਬਾਅਦ ਨਾ ਥਾਵੇ ਤਾਂ ਉਹ ਹੀ ਬਣ ਮੈਂ ਖੱਚੁਰ ਅਤੇ ਇਹ ਤਾਂ ਵੱਲ ਵੀ ਸੀ ਦੋਸਤੋ ਟਰੈਕਟਰ ਹੀ ਸੀ ਮਸ਼ੀਨਰੀ ਚੀਜ਼ ਹੈ ਇਹਦੀ ਸੰਭਾਲ ਨਾ ਰੱਖੇ ਸੋ ਤਾਂ ਇਹ ਵੀ ਕੰਮ ਲਿਖੇ ਸੀ ਜਿਵੇਂ ਕਿ ਤੁਸੀਂ ਅਸੀਂ ਫਟ ਫਟ ਦੀ ਵੀਡੀਓ ਦੇਖ ਕੀਤੀ ਹੋ ਸੀ ਹੁਣ ਸੀ ਇਹ ਮੈਂ ਹੀ ਬੈਠਾ ਉੱਥੇ ਗਿਆ ਲੇਕਿਨ ਨਾ ਚਸ ਰਸ ਮੈਂ ਤਾਂ ਨਹੀਂ ਆਈ ਦਬੰਗ ਅਤੇ ਟਰੈਕਟਰ ਬੜਾ ਖੁਚਕਾ ਵਧੇ ਡਿਸਕ ਦੇ ਤਵੇ ਬੜੇ ਮੁੱਕੇ ਵਧਣ ਦੂ ਸੈਟ ਇਹ ਮੁਕਾ ਚੁੱਕੇ ਨੇ ਮੈਂ ਤਾਂ ਸਮਝੀ ਵਧਾ ਸਮਝ ਇੱਕ ਸੈਟ ਮੁਕਾ ਹੀ ਵਧਣ ਲੇਕਿਨ ਇਹ ਅਸੀਂ ਦੂ ਮੁਕਾ ਹੀ ਵਧੇ ਅਤੇ ਇਹ ਅਸੀਂ ਹੁਣ ਦੂ ਹਾਰ ਤੇ ਅਸੀਂ ਚੱਲਦਾ ਖੜੇ ਵੇ ਪਿਛਲੇ ਹਿੱਸੇ ਦੇ ਵਿੱਚ ਤੁਸੀਂ ਆਵਾਜ਼ ਬਹੂਆਂ ਦੀ ਅਤੇ ਸਟੇਅਰਿੰਗ ਵਿੱਚ ਪਲੇ ਬਹੂਏ ਅਤੇ ਮਾਲਕ ਮੈਨੂੰ ਲੱਗਦਾ ਸੰਭਾਲ ਨਹੀਂ ਕਰੇਂਦੇ ਅਤੇ ਇਸੇ ਕੋਲੋਂ ਵਧਾ ਖੁਚਕਾ ਅਤੇ ਡਿਸਕ ਤਾਂ ਲੱਗ ਘੱਟ ਆਈ ਪਰ ਉਹ ਜ਼ਮੀਨ ਮਾਲਕ ਆਏ ਉਹਦੇ ਨਾਲ ਬੜੀ ਯਾਰੀ ਬਾਸ਼ੀ ਨੇ ਉਹ ਆ ਕੇ ਅਸੀਂ ਡਿਸਕ ਲੱਗਦੀ ਕਿ ਨਹੀਂ ਵਧੀ ਅਤੇ ਮਜ਼ੀਦ ਅਕੇਲੀ ਪਿੱਛਾ ਹਟਾ ਤਾਂ ਕਿ ਡਿਸਕ ਲੱਗੇ ਡਿਸਕ ਲੱਗਦੀ ਹੁੰਦੀ ਹੈ ਹਮੇਸ਼ਾ ਤਵਿਆਂ ਨਾਲ ਤਵੇ ਉਹਦੇ ਵਧਣ ਮੁੱਕੇ ਗੱਸੇ ਆਖਿਰ ਅਸੀਂ ਅਸਾਂ ਇਹ ਦੂ ਸੈਟ ਮੁੱਖਾਂ ਹੀ ਖੜੇ ਇੱਕ ਨਾਲ ਦਾ ਮੁੱਕ ਗਿਆ ਇਹਦੂ ਜੇ ਪਵਾਇਆ ਸੀ ਇਹ ਵੀ ਬਸ ਨੇੜੇ ਹੈ ਅੱਗੋਂ ਗਰਮੀ ਯਾਨੀ ਕਿ ਵੀ ਆਪੇ ਸੂ ਹੁਣ ਕਿਉਂਕਿ ਸੀਜ਼ਨ ਔਫ ਥੀ ਗਿਆ ਬਸ ਮੁੱਕਣ ਵਾਲੇ ਥੋੜ੍ਹਾ ਬਹੁਤ ਰਹਿੰਦਾ ਹੈ ਇੰਨਾ ਕੁ ਅਸੀਂ ਇਨਸ਼ਾ ਅੱਲਾਹ ਗਰਮੀ ਪੈਸੂ ਵੱਲੋਂ
ਬਾਕੀ ਸੀ ਦੇਖ ਲਓ ਡਿਸਕ ਪਰਫਾਰਮੈਂਸ ਦਬੰਗ ਟਰੈਕਟਰ ਵੈਸੇ ਅੱਛਾ ਹੈ ਲੇਕਿਨ ਅੱਛਾ 2 ਸਾਲਾਂ ਵਾਸਤੇ ਹੈ ਜਾਂ 2.5 ਸਾਲਾਂ ਵਾਸਤੇ ਉਹ ਤੋਂ ਬਾਅਦ ਟਰੈਕਟਰ ਦੀ ਦਬੰਗ ਟਰੈਕਟਰ ਜ਼ਿੰਦਗੀ ਬਹੁਤ ਘੱਟ ਹੈ ਭਾਈ ਤੋਂ ਮੈਂ 85 ਦੀ ਪਰਫਾਰਮੈਂਸ ਦਿਖਾਈ ਹੈ ਡਿਸਕਾਂ ਦੀ ਲੇਕਿਨ ਉਹ ਹਾਈ ਨਵਾਂ 23 ਮਾਡਲ ਹੈ ਪਿਆ ਇਹ 22 ਮਾਡਲ ਹੈ ਬਸ ਇੱਕ ਦੋ ਪਿਛਾ ਵਜੇ ਅਤੇ ਬਾਅਦ ਸਹੀ ਵੀਡੀਓ ਦੀ ਬਸ ਕਰੇ ਨੇ ਹੁਣ ਬਾਤੀ ਦੋਸਤੋ ਕੁਛ ਡਿਸਕ ਲੱਗਦੀ ਵਧੀ ਵੇ ਇਹਦੇ ਨਾਲ ਦੋਸਤੋ ਦੁਆਵਾਂ ਯਾਦ ਰੱਖੇ ਸੋ ਅਤੇ ਸਾਡੇ ਚੈਨਲ ਸਬਸਕ੍ਰਾਈਬ ਕਰੇ ਸੋ ਅਤੇ ਇਨਸ਼ਾਅੱਲਾ ਮਿਲਦੇ ਹਾਂ ਅਸੀਂ ਵੱਲ ਅਗਲੀ ਨਵੀਂ ਵੀਡੀਓ ਦੇ ਨਾਲ ਅੱਲਾ ਹਾਫਿਜ਼।